ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਨਵਜੋਤ ਸਿੱਧੂ ਦੇ ਟਵਿੱਟਰ ਉੱਤੇ ਤਿੱਖੇ ਬੋਲ ਕਿਹਾ ਹਮ ਤੋਂ ਡੂਬੇਗੇ ਸਨਮ ਤੁਮੇ ਵੀ ਲੈ ਡੂਬੇਗੇ ਸਾਬਕਾ ਕ੍ਰਿਕਟਰ ਤੇ ਕਾਂਗਰਸ ਦੇ ਨੇਤਾ ਨਵਜੋਤ ਸਿੱਧੂ ਕੋਟਕਪੂਰਾ ਗੋਲੀकांड ਨੂੰ ਲੈ ਕੇ ਹਾਈ ਕੋਰਟ ਦੇ ਵੱਲੋਂ ਸੱਟ ਦੀ ਰਿਪੋਰਟ ਨੂੰ ਖਾਰਜ ਕੀਤੇ ਜਾਣ ਤੋਂ ਬਾਅਦ ਖਾਸੇ ਹਮਲਾਵਾਰ ਹੋ ਗਏ ਹਨ ਸਿੱਧੂ ਨੇ ਇੱਕ ਵਾਰ ਫਿਰ ਟਵੀਟ ਕਰਕੇ ਨਿਸ਼ਾਨਾ ਵਿਧਿਆ ਆਪਣੇ ਟਵਿੱਟਰ ਅਕਾਊਂਟ ਉੱਤੇ ਲਿਖਿਆ ਹਮ ਤੋ ਡੂਬੇਗੇ ਸਨਮ ਤੁਮੇ ਵੀ ਲੈ ਡੂਬੇਗੇ ਨਾਲ ਹੀ ਉਹਨਾਂ ਨੇ ਲਿਖਿਆ ਕਿ ਇਹ ਸਰਕਾਰ ਜਾਂ ਪਾਰਟੀ ਦੀ ਨਾਕਾਮੀ ਨਹੀਂ ਬਲਕਿ ਇੱਕ ਆਦਮੀ ਹੈ ਜਿਸ ਨੇ ਦੋਚੀਆਂ ਦੇ ਨਾਲ ਹੱਥ ਮਿਲਾ ਰੱਖਿਆ ਹੈ ਹਾਲਾਂਕਿ ਉਹਨਾਂ ਨੇ ਕਿਹਾ ਕਿ ਇਹ ਸਪਸ਼ਟ ਨਹੀਂ ਕਿ ਉਹ ਆਦਮੀ ਕਿਸ ਨੂੰ ਦੱਸ ਰਹੇ ਹਨ ਸਿੱਧੂ ਨੇ ਇਹ ਟਵੀਟ ਉਦੋਂ ਕੀਤਾ ਜਦੋਂ ਇੱਕ ਦਿਨ ਪਹਿਲਾਂ ਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਮੁੱਖ ਮੈਂਬਰ ਰਹੇ ਕਮਰ ਵਿਜੇ ਪ੍ਰਤਾਪ ਸਿੰਘ ਨੇ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਸੀ ਕਿ ਸਰਕਾਰ ਦੇ ਨਿਰਦੇਸ਼ਾਂ ਦੇ ਬਾਵਜੂਦ ਕੋਟਕਪੂਰਾ ਗੋਲੀकांड ਜਿਹੇ ਸੰਵੇਦਨਸ਼ੀਲ ਮੁੱਦੇ ਉੱਤੇ ਐਡਵੋਕੇਟ ਜਨਰਲ ਆਤੂਲ ਨੰਦਾ ਇੱਕ ਵਾਰ ਵੀ ਪੇਸ਼ ਨਹੀਂ ਹੋਏ ਹਾਲਾਂਕਿ ਹਰ ਵਾਰ ਪੇਛੀ ਤੋਂ ਪਹਿਲਾਂ ਉਹ ਮੈਡੀਕਲ ਲੀਵ ਤੇ ਚਲੇ ਜਾਂਦੇ ਸਨ ਨਵਜੋਤ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਪ੍ਰੋਫਾਈਲ ਤੋਂ ਕਾਂਗਰਸ ਨੂੰ ਕੀਤਾ ਰਿਮੂਵ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਕੈਪਟਨ ਸਰਕਾਰ ਵਿਚਾਲੇ ਦੀਆਂ ਤਲਖੀਆਂ ਖਤਮ ਨਾ ਹੋਣ ਦਾ ਨਾਂ ਨਹੀਂ ਲੈ ਰਹੀਆਂ ਤੇ ਇਸ ਦੇ ਵਿਚਾਲੇ ਹੁਣ ਨਵਜੋਤ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਕਾਂਗਰਸ ਨੂੰ ਰਿਮੂਵ ਕਰ ਦਿੱਤਾ ਹੈ ਕੈਪਟਨ ਸਾਹਿਬ ਹੈਲੀਕਾਪਟਰ ਤੇ ਢੇੜਾ ਮਾਰ ਕੇ ਵੇਖੋ ਮੰਡੀਆਂ ਦੀ ਹਾਲਤ ਰੋਜੀ ਬਰਕੰਦੀ ਸ਼੍ਰੀ ਮੁਖਸਰ ਸਾਹਿਬ ਹਲਕੇ ਦੇ ਅਕਾਲੀ ਵਿਧਾਇਕ ਕਮਰਜੀਤ ਰੋਜੀ ਬਰਕੰਦੀ ਨੇ ਦਾਣਾ ਮੰਡੀ ਸ਼੍ਰੀ ਮੁਖਸਰ ਸਾਹਿਬ ਦਾ ਦੌਰਾ ਕੀਤਾ ਇਸ ਮੌਕੇ ਉਹਨਾਂ ਨੇ ਕਿਹਾ ਹੈ ਕਿ ਮੰਡੀਆਂ ਦੇ ਵਿੱਚ ਬਾਰਦਾਨੇ ਅਤੇ ਲਿਫਟਿੰਗ ਦਾ ਬਹੁਤ ਬੁਰਾ ਹਾਲ ਹੈ ਰੋਜੀ ਬਕਰੰਦੀ ਨੇ ਕਿਹਾ ਹੈ ਕਿ ਸ਼੍ਰੀ ਮੁਖਸਰ ਸਾਹਿਬ ਦੀ ਅਨਾਜ ਮੰਡੀ ਦੇ ਵਿੱਚ ਜਿੱਥੇ ਬਾਰਦਾਨੇ ਦੀ ਵੱਡੀ ਕਾਰਟ ਹੈ ਉੱਤੇ ਹੀ ਲਿਫਟਿੰਗ ਦੇ ਪ੍ਰਬੰਧ ਵੀ ਬਹੁਤ ਮਾੜਾ ਹੈ ਉਹਨਾਂ ਨੇ ਕਿਹਾ ਕਾਂਗਰਸ ਸਰਕਾਰ ਦੇ ਵੱਲੋਂ ਕੀਤਾ ਦਾਵਿਆਂ ਦੀ ਜਿਹੜੀ ਫੂਕ ਨਿਕਲਦੀ ਦਿਖਾਈ ਦੇ ਰਹੀ ਹੈ ਪਟਿਆਲਾ ਵਿੱਚ ਕਿਸਾਨਾਂ ਤੇ ਬੀਜੇਪੀ ਵਾਲੇ ਆਹਮੋ ਸਾਹਮਣੇ ਬੀਜੇਪੀ ਲੀਡਰ ਗੁਰਤੇਜ ਢਿੱਲੋਂ ਨੇ ਭੱਜ ਕੇ ਬਚਾਈ ਜਾਨ ਅੱਜ ਸ਼ਹਿਰ ਦੇ ਵਿੱਚ ਬੀਜੇਪੀ ਲੀਡਰ ਗੁਰਤੇਜ ਢਿੱਲੋਂ ਦਾ ਕਿਸਾਨ ਦੇ ਅੱਥੇ ਬੰਦਿਆਂ ਨੇ ਜ਼ਬਰਦਸਤ ਵਿਰੋਧ ਕੀਤਾ ਢਿੱਲੋਂ ਇਹਨੇ ਕਸੂਤੇ ਘਿਰਗੇ ਕਿ ਉਹਨਾਂ ਨੂੰ ਕਿਸਾਨਾਂ ਦੇ ਅੱਗੇ ਫੁੱਲ ਸਪੀਡ ਦੇ ਉੱਤੇ ਭੱਜ ਕੇ ਆਪਣੀ ਗੱਡੀ ਦੇ ਵਿੱਚ ਸਵਾਰ ਹੋਣ ਲਈ ਮਜਬੂਰ ਹੋਣਾ ਪਿਆ ਕਿਸਾਨਾਂ ਨੇ ਇਸ ਮੌਕੇ ਭਾਜਪੀ ਦੇ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਦਰਅਸਲ ਅੱਜ ਕਿਸਾਨਾਂ ਨੂੰ ਸੂ ਮਿਲ ਕੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਹਰਜੀਤ ਸਿੰਘ ਗਰੇਵਾਲ ਪਟਿਆਲਾ ਵਿੱਚ ਮੀਟਿੰਗ ਕਰਨ ਪੁੱਜ ਰਹੇ ਹਨ ਜਿਸ ਤੇ ਚਲਦਿਆਂ ਵੱਡੀ ਗਿਣਤੀ ਵਿੱਚ ਕਿਸਾਨ ਬੱਸ ਸਟੈਂਡ ਦੇ ਨੇੜੇ ਦੁਰਗਾ ਦਾਸ ਮੰਦਿਰ ਦੇ ਬਾਹਰ ਪੁੱਜ ਕੇ ਤੇ ਵਿਰੋਧ ਕਰਕੇ ਹਰਜੀਤ ਗਰੇਵਾਲ ਦੀ ਮੀਟਿੰਗ ਵਾਲੇ ਸਥਾਨ ਤੇ ਨਹੀਂ ਪੁੱਜੇ ਦੂਜੇ ਪਾਸੇ ਬੀਜੇਪੀ ਦੇ ਸਥਾਨਕ ਲੀਡਰਾਂ ਵੱਲੋਂ ਮੀਟਿੰਗ ਜਾਰੀ ਰੱਖੀ ਗਈ ਜਿਸ ਤੋਂ ਕਿਸਾਨਾਂ ਦਾ ਗੁੱਸਾ ਭੜਕ ਗਿਆ ਬੀਜੇਪੀ ਖਿਲਾਫ ਨਾਰੇਬਾਦੀ ਸ਼ੁਰੂ ਕਰ ਦਿੱਤੀ ਉਸ ਵੇਲੇ ਹਾਲਾਤ ਤਣਾਅਪੂਰਨ ਹੋ ਗਏ ਜਦੋਂ ਮੀਟਿੰਗ ਵਿੱਚੋਂ ਕੁਝ ਵਰਕਰ ਲਲਕਾਰੇ ਮਾਰਦੇ ਹੋਏ ਬਾਹਰ ਆ ਗਏ ਜਿਸ ਤੇ ਚਲਦਿਆ ਕਾਰਕੁਨ ਵੀ ਲੀਡਰ ਵੀ ਕਿਸਾਨਾਂ ਦੇ ਭੜਕ ਉੱਠੇ ਤੇ ਜ਼ੋਰਦਾਰ ਨਾਰੇ ਲੱਗਣੇ ਸ਼ੁਰੂ ਹੋ ਗਏ ਪੁਲਿਸ ਨੇ ਬੜੀ ਮੁਸ਼ਕਲਤ ਨਾਲ ਮਾਹੌਲ ਸ਼ਾਂਤ ਕਰਵਾਇਆ ईद मौके मलेर कोटला ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਬਣਾਉਣ ਦੇ ਚਰਚੇ ਜ਼ੋਰਾਂ ਤੇ ਬੀਤੇ ਦਿਨੀ ਸੋਸ਼ਲ ਮੀਡੀਆ ਉੱਪਰ ईद ਮੌਕੇ ਮਲੇਰ ਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਦੇ ਵਜੋਂ ਮਾਨਤਾ ਦੇਣ ਦੀਆਂ ਖਬਰਾਂ ਨੇ ਇਲਾਕੇ ਦੀ ਰਾਜਨੀਤੀ ਗਰਮ ਹੋ ਗਈ ਆ ਜੀ ਸੋਸ਼ਲ ਮੀਡੀਆ ਉੱਪਰ ਚੱਲ ਰਹੀ ਖਬਰ ਦੇ ਅਨੁਸਾਰ ਕੈਬਨਿਟ ਮੰਤਰੀ ਬੀਬੀ ਰੱਜੀਆ ਸੁਲਤਾਨਾ ਵੱਲੋਂ ਮੁਸਲਿਮ ਬਹੁ ਗਿਣਤੀ ਵਿਧਾਨ ਸਭਾ ਹਲਕਾ ਮਲੇਰ ਕੋਟਲਾ ਨੂੰ ਈਦ ਦੇ ਮੌਕੇ ਜ਼ਿਲ੍ਹਾ ਬਣਾਇਆ ਜਾਵੇਗਾ ਇਸ ਅਨੁਸਾਰ ਸੰਗਰੂਰ ਜ਼ਿਲ੍ਹੇ ਦੇ ਵਿੱਚ ਪੈਂਦੀ ਸਬ ਡਿਵੀਜ਼ਨ ਤੁਰੀ ਅਤੇ ਤਹਿਸੀਲ ਸ਼ੇਰਪੁਰਾ ਨੂੰ ਮਲੇਰਕੋਟਲਾ ਅਧੀਨ ਲਿਆਂਦਾ ਜਾਵੇਗਾ ਇਸ ਖਬਰ ਨਾਲ ਜਿੱਥੇ ਮਲੇਰਕੋਟਲਾ ਸ਼ਹਿਰ ਵਾਸੀਆਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਉੱਥੇ ਹੀ ਤੁਰੀ ਅਤੇ ਸ਼ੇਰਪੁਰ ਇਲਾਕੇ ਨੂੰ ਮਲੇਰਕੋਟਲੇ ਨਾਲ ਜੋੜੇ ਜਾਣ ਦਾ ਵਿਰੋਧ ਹੋ ਰਿਹਾ ਤੇ ਸੋਸ਼ਲ ਮੀਡੀਆ ਦੇ ਉੱਪਰ ਤੁਰੀ ਅਤੇ ਸ਼ੇਰਪੁਰ ਲੋਕਾਂ ਨਾਲ ਸਬੰਧਤ ਲੋਕਾਂ ਵੱਲੋਂ ਨਵੇਂ ਬਣ ਜਾ ਰਹੇ ਜ਼ਿਲ੍ਹੇ ਵਿੱਚ ਸ਼ਾਮਲ ਕਰਦੀਆਂ ਕਨਸੂਹਾ ਕਰਨ ਸਿਆਸੀ ਆਗੂਆਂ ਦੇ ਵਿੱਚ ਵਿਰੋਧ ਪਾਸ ਦੇਖਣ ਨੂੰ ਮਿਲ ਰਿਹਾ ਹੈ ਕਿਸਾਨ ਅੰਦੋਲਨ ਦੇ ਵਿੱਚ ਲਗਾਏ ਜਾਣ ਵੈਕਸੀਨ ਕੈਂਪ ਅਸੀਂ ਵੈਕਸੀਨ ਲਗਵਾਵਾਂਗੇ ਰਕੇਸ਼ ਟਿਗੜ ਦਾ ਵੱਡਾ ਐਲਾਨ ਸੋ ਦੋਸਤੋ ਵੱਡੀ ਖਬਰ ਹੈ ਖਬਰ ਦੇ ਵੱਲ ਰੁਕ ਕਰਨ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਦੋਸਤੋ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਕੁੰਡਲੀ ਬਾਰਡਰ ਤੇ ਪੰਜਾਬ ਹਰਿਆਣਾ ਤੇ ਉੱਤਰ ਪ੍ਰਦੇਸ਼ ਸਮੇਤ ਕਈ ਸੂਬਿਆਂ ਦੇ ਅੰਦੋਲਨਕਾਰੀਆਂ ਦਾ ਧਰਨਾ ਜਾਰੀਆ ਕਰੋਨਾ ਇਨਫੈਕਸ਼ਨ ਦੇ ਵੱਧਦੇ ਖਤਰੇ ਦੇ ਅਸਰ ਵਿਚਾਲੇ ਵੀ ਸੰਯੁਕਤ ਕਿਸਾਨ ਮੋਰਚਾ ਧਰਨੇ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਬੁੱਧਵਾਰ ਨੂੰ ਕੁੰਡਲੀ ਬਾਰਡਰ ਤੇ ਪੁੱਜੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਕੇਸ਼ ਟਕੜ ਨੇ ਕਿਹਾ ਕਿ ਸਰਕਾਰ ਅੰਦੋਲਨ ਨੂੰ ਜ਼ਬਰਦਸਤੀ ਖਤਮ ਨਹੀਂ ਕਰਵਾ ਸਕਦੀ ਉਹਨਾਂ ਨੇ ਕਿਹਾ ਜੀ ਕਿਸਾਨ ਇੱਥੋਂ ਵਾਪਸ ਜਾਣ ਦੇ ਲਈ ਨਹੀਂ ਕਹਾਂਗੇ ਅਸੀਂ 5 ਮਹੀਨਿਆਂ ਤੋਂ ਇੱਥੇ ਬੈਠੇ ਹਾਂ ਇਹ ਸਾਡਾ ਪਿੰਡ ਹੈ ਇੱਥੇ ਕੈਂਪ ਲਾਏ ਜਾਣ ਅਸੀਂ ਵੈਕਸੀਨ ਲਗਵਾ ਲਵਾਂਗੇ ਆਪਰੇਸ਼ਨ ਕਲੀਨ ਕਿਸਾਨਾਂ ਨੇ ਕੀਤਾ ਆਪਰੇਸ਼ਨ ਕਲੀਨ ਫੇਲ ਦਿੱਲੀ ਦੇ ਬਾਰਡਰਾਂ ਤੇ ਮੁੜ ਆਇਆ ਕਿਸਾਨਾਂ ਦਾ ਹੜ੍ਹ ਕਰੋਨਾ ਦੇ ਕੈਰ ਵਿੱਚ ਦਿੱਲੀ ਦੀਆਂ ਹੱਦਾਂ ਤੇ ਕਿਸਾਨਾਂ ਨੂੰ ਉਠਾਉਣ ਦੀਆਂ ਚਰਚਾਂ ਦੇ ਵਿੱਚ ਆਇਆ ਕੇਂਦਰ ਦਾ ਆਪਰੇਸ਼ਨ ਕਲੀਨ ਫੇਲ ਹੁੰਦਾ ਨਜ਼ਰ ਆ ਰਿਹਾ ਜੀ ਮੀਡੀਆ ਵਿੱਚ ਆਪਰੇਸ਼ਨ ਕਲੀਨ ਦੀਆਂ ਰਿਪੋਰਟਾਂ ਮਗਰੋਂ ਪੰਜਾਬ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਵਿੱਚੋਂ ਵੱਡੀ ਗਿਣਤੀ ਚੋਂ ਕਿਸਾਨ ਮੁੜ ਦਿੱਲੀ ਦੇ ਬਾਰਡਰਾਂ ਤੇ ਜਾ ਡਟੇ ਹਨ ਪਿਛਲੇ 2-3 ਦਿਨਾਂ ਤੋਂ ਟਿੱਕਰੀ ਅਤੇ ਸਿੰਘੂ ਬਾਰਡਰ ਉੱਪਰ ਕਿਸਾਨਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ ਕਿਸਾਨ ਆਗੂਆਂ ਦੇ ਵੱਲੋਂ ਕਿਸਾਨਾਂ ਨੂੰ ਮੁਰ ਧਰਨਿਆਂ ਦੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਸੀ ਸੰਜੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਸਰਕਾਰ ਕਰੋਨਾ ਦੀ ਆੜ ਵਿੱਚ ਧੱਕੇ ਦੇ ਨਾਲ ਧਰਨੇ ਉਠਾ ਸਕਦੇ ਇਸ ਲਈ ਜਿਹੜੇ ਕਿਸਾਨ ਆਪਣੀ ਕਣਕ ਦੀ ਫਸਲ ਸਾਂਭ ਲਈ ਆ ਉਹ ਤੁਰੰਤ ਮੋਰਚਿਆਂ ਤੇ ਪਹੁੰਚਣ ਇਹੋ ਮਾਹੌਲ ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਵਿੱਚ ਵੀ ਦੇਖਿਆ ਗਿਆ ਖਾਪ ਪੰਚਾਇਤਾਂ ਨੇ ਐਲਾਨ ਕੀਤਾ ਕਿ ਧਰਨਿਆਂ ਵਿੱਚ ਡਟ ਜਾਓ ਸਰਕਾਰ ਦੀ ਸ਼ਕਤੀ ਕਿਸੇ ਕੀਮਤ ਉੱਪਰ ਨਹੀਂ ਚੱਲਣ ਦਿੱਤੀ ਜਾਵੇਗੀ ਹਰਿਆਣਾ ਦੇ ਕਿਸਾਨਾਂ ਵਿੱਚ ਵੀ ਮੋਰਚਿਆਂ ਉੱਪਰ ਪਹੁੰਚ ਰਹੇ ਹਨ ਤੇ ਕਿਸਾਨਾਂ ਦੀ ਹਿੱਲਜੁਲ ਮਗਰੋਂ ਕੇਂਦਰ ਅਤੇ ਹਰਿਆਣਾ ਸਰਕਾਰ ਬਿਲਕੁਲ ਸੰ ਠੰਡੀ ਪੈ ਗਈ। ਵਿਧਾਨ ਸਭਾ ਚੋਣਾਂ ਕਰਕੇ ਪੱਛਮੀ ਬੰਗਾਲ ਵਿੱਚ ਕਰੋਨਾ ਬਲਾਸਟ ਚੋਣ ਪ੍ਰਚਾਰ ਦੌਰਾਨ 1500 1500 ਫੀਸਦੀ ਵਾਧੇ ਕੇਸ ਪੱਛਮੀ ਬੰਗਾਲ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਜਾਰੀ ਹਨ ਚੋਣ ਕਮਿਸ਼ਨ ਨੇ ਇਸ ਸਾਲ ਫਰਵਰੀ ਦੇ ਵਿੱਚ 8 ਪੜਾਵਾਂ ਵਿੱਚ ਬੰਗਾਲ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਸਾਰੀਆਂ ਰਾਜਨੀਤਿਕ ਪਾਰਟੀਆਂ ਤੇ ਲੀਡਰਾਂ ਉੱਪਰ ਵੱਡੇ ਪੱਧਰ ਦੇ ਉੱਤੇ ਜਨਤਕ ਰੈਲੀਆਂ ਤੇ ਪ੍ਰੋਗਰਾਮ ਲਗਾਤਾਰ ਕੀਤੇ ਜਾ ਰਹੇ ਹਨ ਜਿਸ ਦਾ ਨਤੀਜਾ ਇਹ ਹੋਇਆ ਹੈ ਕਿ ਉੱਥੇ 1 ਮਹੀਨੇ ਦੇ ਅੰਦਰ 1500 ਤੋਂ ਪਰਸੈਂਟ 1500 ਫੀਸ ਦੀ ਵਾਧੇ ਗਏ ਨੇ ਕੇਸ ਜੀ 1 ਮਾਰਚ 11 ਮਾਰਚ ਤੋਂ ਬਾਅਦ ਕਰੋਨਾ ਸੰਕਰਮਣ ਦੇ ਮਾਮਲੇ ਘਟ ਕੇ 3110 ਹੋ ਗਏ ਸੀ ਇਸ ਤੋਂ ਬਾਅਦ ਹੁਣ ਵੜ ਤਵੇਖਨ ਨੂੰ ਦਿਖਾਈ ਦੇ ਰਹੀ ਹੈ ਗ੍ਰੇਟਾ ਥਨਬਰਗ ਨੇ ਕੋਵਿਡ ਵੈਕਸੀਨ ਲੋੜਵੰਦਾਂ ਦੇ ਲਈ 1 ਲੱਖ ਯੂਰੋ ਕੀਤਾ ਦਾਨ ਗਲੋਬਲ ਪੱਧਰ ਤੇ ਫੈਲੀ ਕਰੋਨਾ ਲਾਗ ਬਿਮਾਰੀ ਦਾ ਕਹਿਰ ਜਾਰੀ ਹੈ ਇਸ ਦੌਰਾਨ ਸੁਰੱਖਿਆ ਆਸੁਰੱਖਿਆ ਦੇ ਤੌਰ ਤੇ ਦੁਨੀਆ ਭਰ ਦੇ ਲੋਕਾਂ ਨੂੰ ਵੈਕਸੀਨ ਲਾਈ ਜਾ ਰਹੀ ਹੈ ਵੈਕਸੀਨ ਵੰਡ ਇੱਕ ਦੇਸ਼ ਤੋਂ ਦੂਜੀ ਦੇਸ਼ ਦੀ ਮਦਦ ਕਰ ਰਹੇ ਹਨ ਇਸ ਦੇ ਤਹਿਤ ਵਾਤਾਵਰਨ ਨੂੰ ਹਰੀਿਆਲੀ ਭਰਪੂਰ ਰੱਖਣ ਦੇ ਲਈ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਛੋਟੀ ਉਮਰ ਦੇ ਵਿੱਚ ਕ੍ਰਾਂਤੀਕਾਰੀ ਬਣੀ ਗ੍ਰੇਟਾ ਥਾਨਬਰਗ ਨੇ ਕੋਵਿਡ ਵੈਕਸੀਨ ਲੋੜਵੰਦਾਂ ਦੇ ਲਈ 1 ਲੱਖ ਯੂਰੋ ਦਾਨ ਦੇਣ ਦਾ ਐਲਾਨ ਕੀਤਾ ਪੰਜਾਬ ਵਿੱਚ ਵੀ ਖਤਮ ਹੋਏ ਕਰੋਨਾ ਦੇ ਟੀਕੇ ਸਿਹਤ ਮੰਤਰੀ ਨੇ ਕਿਹਾ ਕੇਂਦਰ ਜ਼ਰੂਰਤ ਅਨੁਸਾਰ ਨਹੀਂ ਦੇ ਰਿਹਾ ਵੈਕਸੀਨ ਦੇਸ਼ ਦੇ ਵਿੱਚ ਮਾਰੂ ਕਰੋਨਾ ਵਾਰਸ ਦਾ ਘੈਰ ਲਗਾਤਾਰ ਜਾਰੀ ਆ ਲਾਗ ਦੇ ਮਾਮਲੇ ਤੇਜ਼ੀ ਦੇ ਨਾਲ ਵਾਧੇ ਦਿਖਾਈ ਦੇ ਰਹੇ ਹਨ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਦੇ ਅੰਦਰ ਮਾਮਲਿਆਂ ਵਿੱਚ ਸਭ ਤੋਂ ਵੱਡਾ ਉਛਾਲ ਆਇਆ ਜਿਸ ਦੌਰਾਨ ਪੰਜਾਬ ਦੇ ਵਿੱਚ ਕਰੋਨਾ ਦੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਇਹ ਸਥਿਤੀ ਕਾਫੀ ਚਿੰਤਾਜਨਕ ਹੈ ਤੇ ਕਰੋਨਾ ਮਹਾਮਾਰੀ ਵਿਰੁੱਧ ਲੜ ਰਹੇ ਪੰਜਾਬ ਦੇ ਕੋਲ ਹੁਣ ਮੈਡੀਕਲ ਆਕਸੀਜਨ ਦੀ ਘਾਟ ਤੋਂ ਇਲਾਵਾ ਕਰੋਨਾ ਟੀਕੇ ਦਾ ਭੰਡਾਰ ਵੀ ਖਤਮ ਹੋ ਗਿਆ ਹੁਣ ਰਾਜ ਦੇ ਵਿੱਚ ਕੰਮ ਜਲਦੀ ਸ਼ੁਰੂ ਹੋਵੇਗਾ ਕੇਂਦਰ ਸਰਕਾਰ ਵੱਲੋਂ 4 ਲੱਖ ਖੁਰਾਕਾ ਭੇਜੀਆਂ ਜਾ ਰਹੀਆਂ ਹਨ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਵੈਕਸੀਨ ਲਗਵਾਉਣ ਲਈ ਕਿਸਾਨ ਆਗੂਆਂ ਨਾਲ ਗੱਲ ਕਰੇਗੀ ਹਰਿਆਣਾ ਸਰਕਾਰ ਖੇਤੀ ਕਾਨੂੰਨਾਂ ਵਿਰੋਧ ਦਿਲੀ ਪੌਡਰਾਂ ਤੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਕਰੋਨਾ ਵੈਕਸੀਨ ਲਗਵਾਉਣ ਲਈ ਅੱਜ ਸ਼ਾਮ ਹਰਿਆਣਾ ਸਰਕਾਰ ਦੇ ਅਧਿਕਾਰੀਆਂ ਵੱਲੋਂ ਕਿਸਾਨ ਆਗੂਆਂ ਦੇ ਨਾਲ ਬੈਠਕ ਕੀਤੀ ਜਾਵੇਗੀ ਇਸ ਸਬੰਧੀ ਹਰਿਆਣਾ ਦੇ ਸਿਹਤ ਮੰਤਰੀ ਆਨਿਲ ਵੇਜਨ ਟਵੀਟ ਜਰੀਏ ਜਾਣਕਾਰੀ ਸਾਂਝੀ ਕੀਤੀ ਇਟਲੀ ਪੁਲਿਸ ਦੁਆਰਾ ਕਾਮਿਆਂ ਦਾ ਸ਼ੋਸ਼ਣ ਰੋਕਣ ਦੇ ਲਈ ਖੇਤੀ ਫਾਰਮਾਂ ਦੇ ਵਿੱਚ ਵੱਡੇ ਪੱਧਰ ਤੇ ਛਾਪੇ ਮਾਰੀ। ਮਨਮਰਜ਼ੀ ਦਾ ਵੇਤਨ ਦੇ ਕੇ ਕਾਮਿਆਂ ਦਾ ਸ਼ੋਸ਼ਣ ਕਰਨ ਵਾਲੇ ਮਾਲਕਾਂ ਦੇ ਖਿਲਾਫ ਇਟਾਲੀਅਨ ਪੁਲਿਸ ਨੇ ਹੁਣ ਸਖਤੀ ਨਾਲ ਪੇਸ਼ ਹੋਣਾ ਸ਼ੁਰੂ ਕਰ ਦਿੱਤਾ। ਬੀਤੇ ਦਿਨੀ ਲਾਟੀਨਾ ਜ਼ਿਲ੍ਹੇ ਦੇ ਤਾਰਚੀਨਾ ਨੇੜੇ ਇੱਕ ਫਾਰਮ ਦੇ ਵਿੱਚ ਪੁਲਿਸ ਦੇ ਦੁਆਰਾ ਛਾਪੇ ਮਾਰੀ ਕੀਤੀ ਗਈ ਤੇ 157 ਕਾਮਿਆਂ ਦੇ ਕੰਮ ਦੇ ਘੰਟਿਆਂ ਤੇ ਮਾਲਕ ਦੁਆਰਾ ਭਰੇ ਗਏ ਟੈਕਸ ਅਤੇ ਘੰਟਿਆਂ ਦੇ ਹਿਸਾਬ ਨਾਲ ਦਿੱਤੇ ਜਾ ਰਹੇ ਵੇਤਨ ਆਦ ਮਹੱਤਵਪੂਰਨ ਪੱਖਾਂ ਤੋਂ ਜਾਂਚ ਕੀਤੀ ਗਈ ਹਫਤੇਪਾਰ ਦੇ ਅੰਦਰ ਮਿਲਣ ਲੱਗੇਗੀ ਗੈਸ ਸਿਲੰਡਰ ਦੀ ਸਬਸਿਡੀ ਜਾਣੋ ਕੀ ਹੈ ਸਾਂ ਤਰੀਕਾ ਕਰੋਨਾ ਮਹਾਮਾਰੀ ਦੌਰਾਨ ਸਾਰਿਆਂ ਨੂੰ ਬਿਜ਼ਨਸ ਜਾਂ ਨੌਕਰੀ ਪ੍ਰਭਾਵਿਤ ਹੋਈ ਹੈ ਤੇ ਇਨਕਮ ਦੇ ਵਿੱਚ ਕਮੀ ਆਈ ਹੈ ਇਸ ਮਹਾਮਾਰੀ ਦੇ ਚੱਲਦਿਆਂ ਸਾਨੂੰ ਆਪਣੇ ਖਾਣ ਪੀਣ ਦੇ ਵੱਲ ਜ਼ਿਆਦਾ ਧਿਆਨ ਦੇਣਾ ਪੈ ਰਿਹਾ ਹੈ ਇਸ ਦਾ ਅਸਰ ਸਾਡੀ ਜੇਬ ਤੇ ਵੀ ਪੈ ਰਿਹਾ ਹੈ ਇਸ ਵਿਚਾਰ ਤੇਲ ਅਤੇ ਘਰੇਲੂ ਗੈਸ ਦੀਆਂ ਵਾਧੀਆਂ ਕੀਮਤਾਂ ਨੇ ਆਮ ਆਦਮੀ ਦੀ ਕਮਰ ਤੋੜ ਦਿੱਤੀ ਹੈ ਕਰੋਨਾ ਕਾਲ ਤੋਂ ਪਹਿਲਾਂ ਸਰਕਾਰ ਦੀ ਅਪੀਲ ਤੇ ਕਈ ਲੋਕਾਂ ਨੇ ਘਰੇਲੂ ਗੈਸ ਦੀ ਸਬਸਿਡੀ ਛੱਡ ਦਿੱਤੀ ਸੀ ਤਾਂ ਜੋ ਸਾਰੇ ਲੋਕਾਂ ਨੂੰ ਇਸ ਦਾ ਫਾਇਦਾ ਮਿਲ ਸਕੇ ਉਸ ਸਮੇਂ ਗੈਸ ਦੀਆਂ ਕੀਮਤਾਂ ਘੱਟ ਸੀ ਤੇ ਲੋਕ ਆਸਾਨੀ ਨਾਲ ਖਰਚਾ ਉਠਾ 파 ਰਹੇ ਸਨ ਪਰ ਹੁਣ ਸਿਲੰਡਰ ਸਾਰਿਆਂ ਲਈ ਮਹਿੰਗਾ ਹੋਣ ਲੱਗ ਗਿਆ ਜੇਕਰ ਤੁਸੀਂ ਵੀ ਸਬਸਿਡੀ ਛੱਡੀ ਸੀ ਤਾਂ ਤੁਹਾਨੂੰ ਇਸ ਦੀ ਲੋੜ ਆ ਤਾਂ ਤੁਸੀਂ ਇਸ ਨੂੰ ਫਿਰ ਹਾਸਲ ਕਰ ਸਕਦੇ ਹੋ ਸਬਸਿਡੀ ਦੁਬਾਰਾ ਸ਼ੁਰੂ ਕਰਨ ਦੀ ਮੰਗ ਗੈਸ ਏਜੰਸੀ ਤੋਂ ਕਰਨੀ ਹੋਵੇਗੀ ਸਬਸਿਡੀ ਦਾ ਫਾਇਦਾ ਉਹਨਾਂ ਲੋਕਾਂ ਨੂੰ ਮਿਲੇਗਾ ਜਿਨ੍ਹਾਂ ਦੀ ਸਾਲਾਨਾ ਕਮਾਈ 10 ਲੱਖ ਰੁਪਏ ਤੱਕ ਹੁੰਦੀ ਆ ਐਲ ਪੀ ਜੀ ਗਾਹਕ ਨੂੰ ਗਾਂ ਸਬਸਿਡੀ ਦਾ ਸਿੱਧਾ ਲਾਭ ਬੈਂਕ ਖਾਤੇ ਦੇ ਵਿੱਚ ਦਿੱਤਾ ਜਾਵੇਗਾ ਪੰਜਾਬ ਵਿੱਚ ਸਾਰਿਆਂ ਨੂੰ ਮੁਫਤ ਲੱਗੇਗਾ ਕਰੋਨਾ ਦਾ ਟੀਕਾ ਕੈਪਟਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਹੈ ਕਿ 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਕਰੋਨਾ ਵੈਕਸੀਨ ਲਗਵਾਈ ਜਾਵੇਗੀ ਇਸ ਦੇ ਨਾਲ ਹੀ ਉਹਨਾਂ ਨੇ ਸਿਹਤ ਸੰਸਥਾਵਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਇਹ ਵੈਕਸੀਨ ਸਭ ਨੂੰ ਮੁਸਤਫਤ ਕਰਵਾਈ ਜਾਵੇ ਤੇ ਇਹ ਜਾਣਕਾਰੀ ਸੀਐਮਓ ਟਵਿੱਟਰ ਹੈਂਡਲ ਤੇ ਦਿੱਤੀ ਗਈ ਦੀਪ ਸਿੱਧੂ ਦੇ ਵਾਇਸ ਸੈਂਪਲ ਲੈਣ ਲਈ ਅਦਾਲਤ ਨੇ ਦਿੱਲੀ ਪੁਲਿਸ ਨੂੰ ਦਿੱਤੀ ਆਗਿਆ ਦਿੱਲੀ ਦੀ ਇੱਕ ਅਦਾਲਤ ਨੇ ਗਨਤੰਤਰ ਦਿਵਸ ਦੀ ਹਿੰਸਾ ਨਾਲ ਜੁੜੇ ਕੇਸ ਦੇ ਵਿੱਚ ਦੀਪ ਸਿੱਧੂ ਦੀ ਆਵਾਜ਼ ਦੇ ਨਮੂਨੇ ਦੀ ਮੰਗ ਕੀਤੀ ਹੈ ਤੇ ਉਸ ਦੀ ਆਵਾਜ਼ ਨੂੰ ਪ੍ਰਮਾਣਿਤ ਕਰਨ ਦੇ ਵੀਡੀਓ ਕਲਿੱਪ ਚੋਂ ਆਵਾਜ਼ ਦੇ ਨਾਲ ਮੇਲ ਕਰਨ ਦੀ ਆਗਿਆ ਦਿੱਤੀ ਗਈ ਹੈ ਸੰਯੁਕਤ ਕਿਸਾਨ ਮੋਰਚੇ ਨੇ ਹਰਿਆਣਾ ਸਰਕਾਰ ਦੀਆਂ ਅਧਿਕਾਰੀਆਂ ਦੇ ਨਾਲ ਕੀਤੀ ਮੁਲਾਕਾਤ ਕਿਹੇ ਐਮਰਜੈਂਸੀ ਸੇਵਾਵਾਂ ਦੇ ਲਈ ਰਾਹ ਰਹੇਗਾ ਖੁੱਲਾ ਸੰਯੁਕਤ ਕਿਸਾਨ ਮੋਰਚੇ ਦੇ ਨੇਤਾਵਾਂ ਨੇ ਅੱਜ ਸ਼ਾਮ ਹਰਿਆਣਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਮੀਟਿੰਗ ਕੀਤੀ ਇਸ ਮੀਟਿੰਗ ਦੇ ਵਿੱਚ ਬੈਠਕ ਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਜੀਟੀ ਕਰਨਾਲ ਰੋਡ ਦਾ ਇੱਕ ਹਿੱਸਾ ਆਕਸੀਜਨ ਐਂਬੂਲੈਂਸ ਅਤੇ ਹੋਰ ਜ਼ਰੂਰੀ ਸੇਵਾਵਾਂ ਦੇ ਲਈ ਖੋਲਿਆ ਜਾਵੇਗਾ ਜਿਸ ਤੇ ਦਿੱਲੀ ਪੁਲਿਸ ਨੇ ਸਖਤ ਰੁਕਾਵਟ ਲਾਈ ਹੈ ਕਿਸਾਨ ਵਿਰੁੱਧ ਕਰੋਨਾ ਵਿਰੁੱਧ ਯੁੱਧ ਦੇ ਵਿੱਚ ਮਦਦ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ਪਾਕਿਸਤਾਨ ਤੋਂ ਪਰਤੇ ਸ਼ਰਧਾਲੂ ਅਤੇ ਮੈਡੀਕਲ ਕਰਮਚਾਰੀ ਆਪਸ ਦੇ ਵਿੱਚ ਭਿੜੇ ਡਾਕਟਰੀ ਅਮਲੇ ਨੇ ਵਿਚਾਲੇ ਛੱਡਿਆ ਟੈਸਟਿੰਗ ਦਾ ਕੰਮ ਪਾਕਿਸਤਾਨ ਤੋਂ ਵਿਸਾਖੀ ਦਿਹਾੜਾ ਮਨਾ ਕੇ ਪਰਤੇ ਸਿੱਖ ਸ਼ਰਧਾਲਵਾਂ ਦਾ ਅੱਜ ਅਟਾਰੀ ਵਿਖੇ ਸਥਿਤ ਆਈਪੀਸੀ ਚੂ ਕਰੋਨਾ ਟੈਸਟ ਬਾਬਤ ਤਕਰਾਰਬਾਦੀ ਹੋ ਗਈ ਜਿਸ ਕਰਕੇ ਡਾਕਟਰੀ ਅਮਲੇ ਨੇ ਕਰੀਬ 160 ਸ਼ਰਧਾਲਵਾਂ ਦੇ ਟੈਸਟ ਕਰਨ ਦਾ ਕੰਮ ਵਿਚਾਲੇ ਛੱਡ ਕੇ ਵਾਪਸ ਅਮਰਤਸਰ ਸਿਵਲ ਸਰਜਨ ਦਫ਼ਤਰ ਆ ਗਏ ਹਾਲਾਂਕਿ ਸਿਵਲ ਸਰਜਨ ਡਾਕਟਰ ਚਰਨਜੀਤ ਸਿੰਘ ਨੇ ਦੱਸਿਆ ਹੈ ਕਿ ਡਾਕਟਰਾਂ ਵੱਲੋਂ 650 ਸਰਦਾ ਲਵਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਦੇ ਵਿੱਚੋਂ 200 ਪੋਜ਼ਿਟਿਵ ਆ ਚੁੱਕੇ ਨੇ ਕਿਸਾਨਾਂ ਲਈ ਜ਼ਿਲ੍ਹਾ ਮੰਡੀ ਬੋਰਡ ਦਾ ਉਪਰਾਲਾ ਕਣਕ ਦੀ ਸਿੱਧੀ ਅਦਾਇਗੀ ਵਾਸਤੇ ਫਾਰਮਰ ਹੈਲਪ ਡੈਕਸ ਸ਼ੁਰੂ ਜ਼ਿਲ੍ਹੇ ਦੀਆਂ ਨਾਜ ਮੰਡੀਆਂ ਵਿੱਚ ਫਸਲ ਵੇਚਣ ਵਾਲੇ ਕਿਸਾਨਾਂ ਦੀ ਅਨਾਜ ਖਰੀਦ ਪੋਰਟਲ ਮੁਫਤ ਰਜਿਸਟ੍ਰੇਸ਼ਨ ਵਾਸਤੇ ਜ਼ਿਲ੍ਹਾ ਮੰਡੀ ਬੋਰਡ ਦੇ ਵੱਲੋਂ ਮਾਰਕੀਟ ਕਮੇਟੀਆਂ ਦੇ ਦਫ਼ਤਰ ਵਿੱਚ ਫਾਰਮਰ ਹੈਲਪ ਡੈਕਸ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿਸਾਨਾਂ ਨੂੰ ਆਪਣੀਆਂ ਪੁੱਤਾਂ ਦੇ ਵਾਂਗੂ ਪਾਲੀ ਗਈ ਫਸਲ ਦੀ ਸਿੱਧੀ ਬੈਂਕਾਂ ਦੇ ਵਿੱਚ ਅਦਾਇਗੀ ਪ੍ਰਾਪਤ ਕਰਨ ਦੇ ਲਈ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਸ਼੍ਰੋਮਣੀ ਕਮੇਟੀ ਦੀ ਅੰਤਰਿੰਕ ਕਮੇਟੀ ਦੀ ਇਕਤਰਤਾ 'ਚ ਅਹਿਮ ਫੈਸਲਿਆਂ ਨੂੰ ਦਿੱਤੀ ਗਈ ਪ੍ਰਵਾਨਗੀ। ਤਿਆਰ ਕਰਨ ਦੇ ਵਾਸਤੇ ਗੁਰਸਿੱਖ ਨੌਜਵਾਨਾਂ ਨੂੰ ਮੁਕਾਬਲਾ ਪ੍ਰੀਖਿਆਵਾਂ 'ਚ ਤਿਆਰ ਕਰਨ ਦੇ ਵਾਸਤੇ ਕੋਚਿੰਗ ਅਕੈਡਮੀ ਖੋਲਣ ਦਾ ਫੈਸਲਾ ਲਿਆ ਗਿਆ। ਅੰਤਰਿੰਕ ਕਮੇਟੀ ਦੀ ਇਕਤਰਤਾ ਤੋਂ ਮਗਰੋਂ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਲਈ ਅਕੈਡਮੀ ਸਥਾਪਿਤ ਕੀਤੀ ਜਾ ਰਹੀ ਹੈ। ਰੇਲਵੇ ਦੀ ਸਪੈਸ਼ਲ ਰੇਲ ਗੱਡੀਆਂ ਰੋਕਣ ਦੀ ਨਹੀਂ ਕੋਈ ਯੋਜਨਾ ਰਜੇਸ਼ ਅਗਰਵਾਲ ਫਿਰੋਜ਼ਪੁਰ ਰੇਲ ਮੰਡਲ ਮੈਨੇਜਰ ਰਜੇਸ਼ ਅਗਰਵਾਲ ਨੇ ਵੀਰਵਾਰ ਨੂੰ ਦੱਸਿਆ ਕਿ ਫਿਲਹਾਲ ਫਿਰੋਜ਼ਪੁਰ ਮੰਡਲ ਤੋਂ 67 ਜੋੜੀ ਸਪੈਸ਼ਲ ਮੇਲ ਐਕਸਪ੍ਰੈਸ ਰੇਲ ਗੱਡੀਆਂ ਜਿਹੜੀਆਂ ਜਾ ਰਹੀਆਂ ਨੇ ਫਿਰੋਜ਼ਪੁਰ ਤੋਂ ਸ਼੍ਰੀ ਮਾਤਾ ਵੈਸ਼ਨੂ ਦੇਵੀ ਕਟੜਾ ਉਦਮਪੁਰ ਜੰਮੂ ਤੱਕ ਵੀ ਅਮਰਤਸਰ ਫਿਰੋਜ਼ਪੁਰ ਕੈਂਟ ਅਤੇ ਫਾਜ਼ਿਲਕਾ ਰੇਲਵੇ ਸਟੇਸ਼ਨਾਂ ਤੋਂ ਚੱਲ ਰਹੀਆਂ ਹਨ ਇਹਨਾਂ ਸਪੈਸ਼ਲ ਰੇਲ ਗੱਡੀਆਂ ਦੇ ਨਾਲ-ਨਾਲ 37 ਜੋੜੀ ਰਿਜ਼ਰਵੇਸ਼ਨ ਤੋਂ ਬਿਨਾ ਮੇਲ ਐਕਸਪ੍ਰੈਸ ਗੱਡੀਆਂ ਵੀ ਫਿਰੋਜ਼ਪੁਰ ਦੇ ਹਰ ਮੰਡਲ ਸੈਕਸ਼ਨ ਤੋਂ ਜਾਰੀ ਰਹਿਣਗੀਆਂ ਪੀਐਮ ਮੋਦੀ ਕੱਲ ਕਰੋਨਾ ਦੇ ਹਾਲਾਤ ਦੇ ਕਰਨਗੇ ਉੱਚ ਪੱਧਰੀ ਬੈਠਕ ਪੱਛਮੀ ਬੰਗਾਲਚੂ ਚੋਣ ਰੈਲੀਆਂ ਕੀਤੀਆਂ ਰੱਦ ਸੋ ਪੱਛਮੀ ਬੰਗਾਲ ਦੀਆਂ ਸਾਰੀਆਂ ਚੋਣ ਰੈਲੀਆਂ ਮੋਦੀ ਵੱਲੋਂ ਰੱਦ ਕਰਨ ਦਾ ਫੈਸਲਾ ਲਿਆ ਗਿਆ ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਚੋਣ ਪ੍ਰਚਾਰ ਦੀ ਬਜਾਏ ਕਰੋਨਾ ਦੀ ਸਥਿਤੀ ਦੀ ਬੈਠਕ ਕਰਨਗੇ ਉਹਨਾਂ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਕਰੋਨਾ ਦੇ ਸਬੰਧ ਵਿੱਚ ਇੱਕ ਉੱਚ ਪੱਧਰੀ ਬੈਠਕ ਕੀਤੀ ਜਾਵੇਗੀ ਸੋ ਇਹ ਬੈਠਕ ਅੱਜ ਸਵੇਰੇ 10 ਵਜੇ ਕੋਵਿਡ ਦੀ ਮੌਜੂਦਾ ਸਥਿਤੀ ਬਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ ਜਾਵੇਗੀ ਤੇ 12:30 ਵਜੇ ਦੇਸ਼ ਦੇ ਪ੍ਰਮੁੱਖ ਆਕਸੀਜਨ ਨਿਰਮਾਤਾਵਾਂ ਦੇ ਨਾਲ ਇੱਕ ਵਰਚੁਅਲ ਮੀਟਿੰਗ ਕੀਤੀ ਜਾਵੇਗੀ ਜੱਜ ਮਾਨਕ ਦਾ ਬਾਲੀਵੁੱਡ ਦੇ ਵਿੱਚ ਡੈਬਿਊ 25 ਅਪ੍ਰੈਲ ਨੂੰ ਰਿਲੀਜ਼ ਹੋਵੇਗਾ ਇਸ ਮਸ਼ਹੂਰ ਪੰਜਾਬੀ ਗਾਣੇ ਦਾ ਰਿਐਕਸ਼ਨ ਪੰਜਾਬੀ ਗਾਇਕ ਜੱਸ ਮਾਨਕ ਦਾ ਫਾਈਨਲ ਫਾਈਨਲੀ ਬਾਲੀਵੁੱਡ 'ਚ ਸਿੰਗਿੰਗ ਡੈਬਿਊ ਹੋ ਗਿਆ YouTube ਤੇ ਬਿਲੀਅਨ ਵਿਊਜ਼ ਲੈਣ ਵਾਲੇ ਗੀਤ ਲਹਿੰਗਾ ਦੇ ਨਾਲ ਹੀ ਪੰਜਾਬੀ ਗਾਇਕ ਜੱਸ ਮਾਨਕ ਨੂੰ ਵੱਡੀ ਪਛਾਣ ਮਿਲੀ ਸੀ ਲਹਿਗਾ ਗੀਤ ਤੋਂ ਬਾਅਦ ਜਸਮਾਨਕ ਨੇ ਕਈ ਹਿੱਟ ਗਾਣੇ ਦਿੱਤੇ ਤੇ ਹਿੱਟ ਦਾ ਸਿਲਸਿਲਾ ਵੀ ਅਜੇ ਰੁਕਿਆ ਨਹੀਂ ਕਿ ਹਾਲੀ ਦੇ ਵਿੱਚ ਆਪਣੇ ਸੋਸ਼ਲ ਮੀਡੀਆ ਤੇ ਬਾਲੀਵੁੱਡ ਚ ਐਂਟਰ ਹੋਣ ਬਾਰੇ ਦੱਸ ਦਿੱਤਾ ਬ੍ਰਿਟਿਸ਼ ਅਤੇ ਜਾਪਾਨੀ ਪੀਐਮ ਦੇ ਬਾਅਦ ਹੁਣ ਰੂਸੀ ਡਿਪਟੀ ਸੀਐਮ ਨੇ ਰੱਦ ਕੀਤਾ ਭਾਰਤ ਦਾ ਦੌਰਾ ਸੋ ਇਹ ਵੀ ਵੱਡੀ ਖਬਰ ਹੈ ਜਿਸ ਦੇ ਕਾਰਨ ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਲਈ ਭਾਰਤ ਯਾਤਰਾ ਕਰਨ ਸੰਬੰਧੀ ਐਡਵਾਈਜ਼ਰੀ ਜਾਰੀ ਕੀਤੀ ਹੈ ਤੇ ਕਈ ਦੇਸ਼ਾਂ ਨੇ ਭਾਰਤੀ ਨਾਗਰਿਕਾਂ ਦੇ ਆਪਣੇ ਇੱਥੇ ਆਉਣ ਤੇ ਅਣਮਿੱਥੇ ਸਮੇਂ ਦੇ ਲਈ ਪਾਬੰਦੀ ਲਾ ਦਿੱਤੀ ਆ ਹੁਣ ਮਿਲੀ ਜਾਣਕਾਰੀ ਦੇ ਮੁਤਾਬਕ ਰੂਸ ਦੇ ਡਿਪਟੀ ਪੀਐਮ ਯੂਰੀ ਬੋਰਸੋਵ ਨੇ ਆਪਣੀ ਭਾਰਤ ਯਾਤਰਾ ਰੱਦ ਕਰ ਦਿੱਤੀ ਹੈ ਕਿਸਾਨਾਂ ਨੇ ਸੁਖਬੀਰ ਬਾਦਲ ਨੂੰ ਵਿਖਾਈਆਂ ਕਾਲੀਆਂ ਝੰਡੀਆਂ ਸੁਖਬੀਰ ਬਾਦਲ ਦੇ ਮੂਲਾਪੁਰ ਮੰਡੀ ਪਹੁੰਚਣ ਤੋਂ ਪਹਿਲਾਂ ਚੌਂਕੀਮਾਨ ਟੋਲ ਪਲਾਜ਼ਾ ਤੇ ਮੂਲਾਪੁਰ ਦਾਖਾ ਹਲਕੇ ਦੇ ਨੌਜਵਾਨਾਂ ਵੱਲੋਂ ਵਿਰੋਧ ਕਾਲੀਆਂ ਝੰਡੀਆਂ ਵਿਖਾ ਕੇ ਸੁਖਬੀਰ ਬਾਦਲ ਦਾ ਕੀਤਾ ਗਿਆ ਵਿਰੋਧ ਇਸ ਤੋਂ ਪਹਿਲਾਂ ਚੌਂਕੀਮਾਨ ਦੇ ਵਿੱਚ ਉਹਨਾਂ ਦਾ ਵਿਰੋਧ ਕੀਤਾ ਗਿਆ ਜੀ ਵੱਡੀ ਤਾਦਾਦ ਦੇ ਵਿੱਚ ਪੁਲਿਸ ਵੀ ਮੌਜੂਦ ਰਹੀ ਕਿਸਾਨਾਂ ਵੱਲੋਂ ਲੰਬੇ ਸਮੇਂ ਤੋਂ ਚੌਂਕੀਮਾਨ ਨੇੜੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਚੌਂਕੀਮਾਨ ਟੂਲ ਪਲਾਜ ਦੇ ਕਿਸਾਨਾਂ ਵੱਲੋਂ ਬੀਤੇ ਲੰਬੇ ਸਮੇਂ ਤੋਂ ਧਰਨਾ ਲਾਇਆ ਗਿਆ ਕਿਸਾਨ ਆंदोलਨ ਦੇ ਵਿੱਚ ਕਰੋਨਾ ਟੈਸਟ ਤੋਂ ਇਨਕਾਰ ਚੜੂਨੀ ਦੀ ਸਰਕਾਰ ਨੂੰ ਚੇਤਾਵਨੀ ਸੋਨੀਪੱਤ ਰਾਈ ਹਾਊਸ ਤੇ ਕਿਸਾਨ ਲੀਡਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਦਰਮਿਆਨ कोरोना ਨੂੰ ਲੈ ਕੇ ਅਹਿਮ ਬੈਠਕ ਹੋਈ ਇਸ ਬੈਠਕ ਦੇ ਵਿੱਚ ਕਿਸਾਨ ਅੰਦੋਲਨ ਚੋਂ ਬੈਠੇ ਕਿਸਾਨਾਂ ਦੇ ਕੋਰੋਨਾ ਟੈਸਟ ਕਰਵਾਉਣ ਅਤੇ ਵੈਕਸੀਨ ਲਾਉਣ ਦੇ ਬਾਰੇ ਚਰਚਾ ਹੋਈ ਪਰ ਕਿਸਾਨ ਲੀਡਰਾਂ ਨੇ ਅੰਦੋਲਨ ਚੋਂ ਕਰਾਨਾ ਦੇ ਕੁ ਕੋਰੋਨਾ ਟੈਸਟ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਮੀਟਿੰਗ ਤੋਂ ਬਾਅਦ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਤੇ ਦਰਸ਼ਨਪਾਲ ਮੀਟਿੰਗ ਤੋਂ ਬਾਹਰ ਨਿਕਲੇ ਇਸ ਦੌਰਾਨ ਉਹਨਾਂ ਨੇ ਕਿਹਾ ਜੀ ਕਿਸਾਨ ਅੰਦੋਲਨ ਚੋਂ ਕੋਰੋਨਾ ਟੈਸਟ ਨਹੀਂ ਹੋਵੇਗਾ ਉਹਨਾਂ ਨੇ ਕਿਹਾ ਵੈਕਸੀਨ ਲਗਵਾਉਣੀ ਹੈ ਜਾਂ ਨਹੀਂ ਇਹ ਕਿਸਾਨਾਂ ਦੀ ਆਪਣੀ ਮਰਜ਼ੀ ਹੈ ਚੜੂਨੀ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਖੁੱਲੀ ਚਤਾਵਨੀ ਦਿੱਤੀ ਜੇਕਰ ਕਿਸੇ ਕਿਸਾਨ ਦੇ ਨਾਲ ਕਰੋਨਾ ਟੈਸਟ ਕਰਵਾਉਣ ਲਈ ਜ਼ਬਰਦਸਤੀ ਕੀਤੀ ਗਈ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅੰਦੋਲਨ ਦੇ ਵਿੱਚ ਦਾਖਲ ਵੀ ਨਹੀਂ ਹੋਣ ਦਿੱਤਾ ਜਾਵੇਗਾ। ਗ੍ਰਹਿ ਮੰਤਰਾਲੇ ਨੇ ਆਕਸੀਜਨ ਲੈ ਕੇ ਜਾ ਰਹੇ ਵਾਹਨਾਂ ਨੂੰ ਨਾ ਰੋਕਣ ਦੇ ਦਿੱਤੇ। ਆਦੇਸ਼ ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਜ ਅਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਹਨ ਕਿ ਆਕਸੀਜਨ ਲੈ ਕੇ ਜਾ ਰਹੇ ਵਾਹਨਾਂ ਦੀ ਆਵਾਜਾਈ ਤੇ ਕੋਈ ਰੋਕ ਨਹੀਂ ਲਾਈ ਜਾਣੀ ਚਾਹੀਦੀ। ਕਾਂਗਰਸ ਦੇ ਸੀਨੀਅਰ ਲੀਡਰ ਜੁਗਰਾਜ ਗਿੱਲ ਦੀਆਂ ਅਸਥੀਆਂ ਜਲ ਪ੍ਰਵਾਹ ਉੱਗੇ ਸਮਾਜ ਸੇਵਕ ਕਾਂਗਰਸ ਦੇ ਸੀਨੀਅਰ ਲੀਡਰ ਜੁਗਰਾਜ ਗਿੱਲ ਸਾਬਕਾ ਵਿਧਾਇਕ ਅਤੇ ਸਾਬਕਾ ਚੇਅਰਮੈਨ ਪੰਜਾਬ ਮੰਡੀ ਬੋਰਡ ਦੀਆਂ ਅਸਥੀਆਂ ਦਾ ਅੰਗੀਠਾ ਸਵਾਲਾਂ ਦੀ ਰਸਮ ਸਵੇਰੇ 10 ਵਜੇ ਕੀਤੀ ਗਈ ਇਸ ਸਮੇਂ ਕਾਫੀ ਲੋਕ ਅਤੇ ਕਾਫੀ ਜਿਹੜੇ ਮੰਨੇ ਪ੍ਰਮੰਨੇ ਸੀਨੀਅਰ ਲੀਡਰ ਕਾਂਗਰਸ ਦੇ ਮੌਜੂਦ ਸਨ ਦਿੱਲੀ ਹਾਈ ਕੋਰਟ ਨੇ ਕਿਹਾ ਇਹ ਦੇਸ਼ ਰੱਬ ਪਰੋਸੇ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਇਹ ਦੇਸ਼ ਰੱਬ ਪਰੋਸਿਆ ਹਾਈ ਕੋਰਟ ਨੇ ਇਹ ਟਿੱਪਣੀ ਉਸਾਰੀ ਕੀਤੀ ਅਤੇ ਸਹਾਇਤਾ ਦੀ ਮੰਗ ਤੇ ਸੁਣਵਾਈ ਕਰਦਿਆਂ ਕਿ ਦੇ ਅਦਾਲਤ ਨੇ ਕਿਹਾ ਜੀ ਨਿਰਮਾਣ ਮਜ਼ਦੂਰਾਂ ਨੂੰ ਕਰੋਨਾ ਲਾਗ ਲੱਗ ਜਾਂਦੀ ਆ ਤਾਂ ਉਹਨਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾਵੇ ਜਸਟਿਸ ਵਿਪਨ ਸੰਗੀ ਨੇ ਕਿਹਾ ਕਿ ਨਿਰਮਾਣ ਮਜ਼ਦੂਰਾਂ ਦੀ ਮਦਦ ਲਈ ਬਣੇ ਬੋਰਡ ਨੂੰ ਇਸ ਦੀ ਭਾਰੀ ਪਰ ਕਮ ਪ੍ਰਕਿਰਿਆ ਅਪਣਾਉਣ ਦੀ ਜ਼ਰੂਰਤ ਹੈ ਸੁਣਵਾਈ ਦੌਰਾਨ ਵਕੀਲ ਸ਼ੀਲ ਤ੍ਰਿਹਾਨ ਨੇ ਉਸਾਰੀ ਕੰਮਾਂ ਨੂੰ ਡਾਕਟਰੀ ਸਹਾਇਤਾ ਤੇ ਹੋਰ ਸਹਾਇਤਾ ਲਈ ਦਿਸ਼ਾ ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਉਹਨਾਂ ਨੇ ਕਿਹਾ ਜੀ ਬਿਲਡਿੰਗ ਐਕਟ ਤਹਿਤ 3000 ਕਰੋੜ ਰੁਪਏ ਦਾ ਫੰਡ ਦਿੱਲੀ ਆਫ਼ਤਨ ਪ੍ਰਬੰਧਨ ਅਥਾਰਟੀ ਨੇ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਉਸਾਰੀ ਕਿਰਤਿਆਂ ਨੂੰ ਰਸੋਈ ਦੇ ਜ਼ਰੀਏ ਖਾਣਾ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਵੱਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਟ੍ਰੇਨਿੰਗ ਲਈ ਗ੍ਰਾਂਟ ਜਾਰੀ ਸੋ 12ਵੀਂ ਜਮਾਤ ਦੇ 200 ਵਿਦਿਆਰਥੀਆਂ ਨੂੰ ਟ੍ਰੇਨਿੰਗ ਕਰਾਉਣ ਦੇ ਵਾਸਤੇ 5 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰ ਦਿੱਤੀ ਗਈ ਹੈ ਪੂਰੀ ਚੈਨਲ ਖਬਰ ਚੈਨਲ ਤੇ ਪਾਈ ਹੋਈ ਹੈ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਸੰਤ ਸੀਚੇਵਾਲ ਵੱਲੋਂ ਪਵਿੱਤਰ ਵਈ ਦੇ ਵਿੱਚ ਮਰ ਰਹੀਆਂ ਮੱਛੀਆਂ ਨੂੰ ਬਚਾਉਣ ਦੇ ਯਤਨ ਜਾਰੀ ਗੰਦੇ ਪਾਣੀ ਦੀ ਬਹੁਤਾਣ ਤੇ ਕਾਰਨ ਪਵਿੱਤਰ ਕਾਲੀ ਵਈ ਦੇ ਵਿੱਚ ਮਰ ਰਹੀਆਂ ਮੱਛੀਆਂ ਨੂੰ ਬਚਾਉਣ ਦੇ ਲਈ ਵਾਤਾਵਰਣ ਪ੍ਰੇਮੀ ਬਲਵੀਰ ਸਿੰਘ ਸੀਚੇਵਾਲ ਤੇ ਉਹਨਾਂ ਦੇ ਸੇਵਾਦਾਰਾਂ ਨੇ ਆਪਣੇ ਪੱਧਰ ਤੇ ਯਤਨ ਆਰੰਭ ਕਰ ਦਿੱਤੇ ਨੇ ਉਹਨਾਂ ਨੇ ਮੋਟਰਾਂ ਚਲਾ ਕੇ ਸਤਾਫ ਪਾਣੀ ਪਾਇਆ ਜਾ ਰਿਹਾ ਤਾਂ ਜੋ ਪਾਣੀ ਦੇ ਵਿੱਚ ਆਕਸੀਜਨ ਦੀ ਮਾਤਰਾ ਵੱਧ ਸਕੇ ਵਈ ਦੇ ਵਿੱਚ ਗੰਦੇ ਪਾਣੀ ਦੀ ਬਹੁਤਾਣ ਤੇ ਇਸ ਕਦਰ ਹੋ ਗਈ ਆ ਕਿ ਪਾਣੀ ਦੇ ਵਿੱਚ ਆਕਸੀਜਨ ਘਟਣ ਦੇ ਨਾਲ ਮੱਛੀਆਂ ਨੂੰ ਸਾਹ ਲੈਣਾ ਔਖਾ ਹੋ ਰਿਹਾ ਹੈ ਪੰਜਾਬ ਪੁਲਿਸ ਵੱਲੋਂ ਬਰਖਾਸਤ ਸਿਪਾਹੀ 23100 ਨਸ਼ੇ ਵਾਲੀਆਂ ਗੋਲੀਆਂ ਦੇ ਸਨੇ ਕਾਬੂ ਪੰਜਾਬ ਦਾ ਅੰਤਰਰਾਜੀ ਨਸ਼ਾ ਸਮਗਲਿੰਗ ਰੋਕਥਾਮ ਸੰਬੰਧੀ ਅਰੰਭੀ ਗਈ ਮੁਹਿੰਮ ਤਹਿਤ ਲਾਲੜੂ ਪੁਸਨੋਸਵਰੇ ਭਾਰੀ ਸਫਲਤਾ ਮਿਲੀ ਜਦੋਂ ਇੱਕ ਵਿਅਕਤੀ ਨੂੰ 23100 ਨਸ਼ੇ ਵਾਲੀਆਂ ਗੋਲੀਆਂ ਦੇ ਸਮੇਤ ਗ੍ਰਿਫਤਾਰ ਕੀਤਾ ਗਿਆ ਇਹ ਜਾਣਕਾਰੀ ਸੀਨੀਅਰ ਪੁਲਿਸ ਕਪਤਾਨ ਸਤਿੰਦਰ ਸਿੰਘ ਆਈਪੀਐਸ ਨੇ ਦਿੱਤੀ ਉਹਨਾਂ ਨੇ ਦੱਸਿਆ ਜੀ ਬਾਹਰਲੇ ਸੂਬਿਆਂ ਤੋਂ ਨਸ਼ੇ ਦੀ ਸਮਗਲਿੰਗ ਕਰਨ ਵਾਲੇ ਸਮਗਲਰਾਂ ਨੂੰ ਪੁਲਿਸ ਦੇ ਵੱਲੋਂ ਪਹਿਲਾਂ ਵੀ ਕਾਬੂ ਕੀਤਾ ਜਾ ਰਿਹਾ ਹੈ ਕਾਂਗਰਸੀ ਆਗੂ ਤੇ ਫੌਜ ਦੇ ਸਾਬਕਾ ਅਧਿਕਾਰੀ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ ਸੋ ਆਮ ਆਦਮੀ ਪਾਰਟੀ ਨੂੰ ਕਾਫਲਾ ਜਿਹੜਾ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਜੀ ਕਾਂਗਰਸ ਆਗੂ ਰਣਜੀਤ ਕੌਰ ਅਤੇ ਫੌਜ ਦੇ ਵਿੱਚ ਸਾਬਕਾ ਕੈਪਟਨ ترسےਮ ਸਿੰਘ ਸਮੇਤ ਕਈ ਆਗੂ ਆਪ ਦੇ ਵਿੱਚ ਸ਼ਾਮਲ ਹੋ ਗਏ ਚੰਡੀਗੜ੍ਹ ਸਥਿਤ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਜੀ ਮਾਣੇ ਇਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕਰਾਇਆ ਆਕਸੀਜਨ ਦੀ ਭਾਰੀ ਕਾਟ ਤੇ ਪੀਐਮ ਮੋਦੀ ਨੇ ਕੀਤੀ ਉਤਪੱਦਰੀ ਬੈਠਕ ਜਮਾਖੂਰਾਂ ਦੇ ਨਾਲ ਸਖਤੀ ਨਾਲ ਨਜਿੱਠਣ ਦੇ ਨਿਰਦੇਸ਼ ਚਰਚ ਤੇ ਹਮਲਾ ਕਰ ਭੰਨ ਤੋੜ ਕਰਨ ਦੀ 크੍ਰਿਸਚਨ ਪਾਈਚਾਰੇ ਦੇ ਵੱਲੋਂ ਕੀਤੀ ਗਈ ਨਖੇਦੀ ਚੰਡੀਗੜ੍ਹ ਦੇ ਪਿੰਡ ਰਾਜਗੜ੍ਹ ਦੀ ਇੱਕ ਚਰਚ ਉੱਤੇ ਹਮਲਾ ਕਰਕੇ ਚਰਚ ਦੇ ਅੰਦਰ ਭੰਨ ਤੋੜ ਕੀਤੇ ਜਾਂਦਾ ਬਦੂਰ ਕਰਦਿਆਂ ਜਿਹੜਾ ਉਹਨਾਂ ਨੇ ਕਿਹਾ ਕਿ ਅਸੀਂ ਇਸ ਦਾ ਜ਼ਬਰਦਸਤ ਵਿਰੋਧ ਕਰਦੇ ਹਾਂ ਇਸਾਈ ਪਾਈਚਾਰੇ ਵੱਲੋਂ ਇਹ ਵਿਰੋਧ ਕੀਤਾ ਗਿਆ